ਵਿੱਚ ਹੈ ਉਹਨਾਂ ਦੇ ਖੜੇ ਪੀ ਐਸ ਪਿਛਲੇ ਬੰਦੇ ਪਾਰਟੀ ਦੇ ਹੀ ਬਣਾਉਣ ਦਾ ਮਕਸਦ ਉਹਦੇ ਕੰਮ ਜਿਹੜੀਆਂ ਬਾਈਲੈਕਸ਼ਨ ਆ ਰਹੀਆਂ ਨੇ ਜਿਨ੍ਹਾਂ 'ਚ ਜਲਾਲਾਬਾਦ ਦਾਖਾ ਫਗਵਾੜਾ ਅਤੇ ਬਦਕਿਸਮਤੀ ਨਾਲ ਕੱਲ੍ਹ ਜਿਹੜੇ ਰਜਨੀਸ਼ ਕੁਮਾਰ ਜਿਹੜੇ ਮੁਕੇਰੀਆਂ ਦੇ ਵਿਧਾਇਕ ਸੀ ਉਹਨਾਂ ਦਾ ਬੇਵਕਤ ਚਲਾਣਾ ਹੋ ਗਿਆ। ਅਫਸੋਸ ਪ੍ਰਗਟ ਕਰਦੇ ਹਾਂ ਅਸੀਂ ਪਰਿਵਾਰ ਨਾਲ, ਹਮਦਰਦੀ ਵਿਅਕਤ ਕਰਦੇ ਹਾਂ ਇੱਥੋਂ ਤੁਹਾਡੇ ਜ਼ਰੀਏ। ਅਤੇ ਉੱਥੇ ਚਾਰ ਤਾਂ ਕਨਫਰਮ ਹੀ ਨੇ, ਬਾਕੀ ਸਪੀਕਰ ਸਾਹਿਬ ਜੇ ਕਿਤੇ ਪੱਖਪਾਤ ਨਾ ਕਰਨ, ਸਹੀ ਵਰਤੋਂ ਕਰ ਲੈਣ ਆਪਣੇ ਅਧਿਕਾਰਾਂ ਦੀ, ਤਾਂ ਜਿਹੜੇ ਗੈਰਤਮੰਦਾਂ ਚੋਂ ਵੀ ਦੋ ਤਿੰਨ ਜਿਹੜੇ ਨੇ ਉਹਨਾਂ ਦੀ ਵਾਰੀ ਆ ਸਕਦੀ ਹੈ।